जनाब बलविंदर ठुलेवाल साहब, वेलकम टू सुनो पाकिस्तान। जिस तरह पग पंजाबियों की शान है, इसे तरह जो सकाफत की गल करने सकाफत भंगड़ा भी आता है, भंगड़ा भी पंजाबियों की शान है। सानू पता लगा बड़ा वधिया भंगड़ा पाउंदे हो, इस भंगड़े की कहानी तो सुनाओ की स्टोरी है। कहिंदे तुसीं मेलबर्न तुसीं रहिंदे हो, उत्थे जाके भंगड़ा करना, फिर किस तरह जज बनना, यह सारी की स्टोरी है तुहाडी, की जर्नी? देखो जी, भंगड़ा जिहड़ा हैगा इह पंजाबियों दा फोक डांस हैगा, साढ़े लोग नाच ने पंजाब के ना, जो एक साझा पंजाब हों, बड़ा पंजाब हों, सारे लोग नाच इतने मतलब करे जाते पाए जाते हैं। बेसिकली जो झूमर हैगा वो हले भी इधर ही नचा जाता है। हाँ, झूमर डांस हैगा, एक भंगड़ा डांस आ, झूमर आ, लुड्डी आ, धमाल है, लुड्डी धमाल तो भंगड़े का पता है। हाँ, ये सारे साढ़े पंजाब के लोग डांस ने, असी तुहानू कॉपी कर देंगे। तुहाडे लंबे का झूमर हैगा, रावी का झूमर हैगा, अंगली का झूमर हैगा, ये सारे खिते जिहड़े हैगे ने पाकिस्तान दे विच नेगे, सिखपुरी का इलाका सीगा जिथे लोग फसलों तो पकण तो बाद कट्ठे होकर भंगड़ा पाउंदे सी ना, झूमर पाउंदे सीगे। हले कि जिहड़ा रियल झूमर हैगा वह पाकिस्तान दा ही हैगा, असीं तुहानूं कॉपी कर देंगे। हाँ, तो जो 1947 जो पार्टीशन हुई हैगी ना, जो इधर के लोग जो है उधर चले गए ना, उधर भी है ਤਾਂ ਉੱਥੇ ਜਾ ਕੇ ਇਹਨਾਂ ਨੇ ਇਹ ਚੀਜ਼ ਕੈਰੀ ਰੱਖੀ ਨਾਲ, ਤੁਸੀਂ ਇੱਧਰ ਮੈਨੂੰ ਥੋੜ੍ਹਾ ਘਟਾਤਾ, ਅਸੀਂ ਉੱਧਰ ਅਸੀਂ ਜਾ ਕੇ ਵਧਾ ਲਿਆ ਸੀਗਾ। ਅਤੇ ਫਿਰ 1951-2 ਦੇ ਵਿੱਚ ਇਹਦਾ ਸਟੇਜੀਕਰਨ ਹੋ ਗਿਆ ਭੰਗੜੇ ਦਾ ਜੀ। ਇਹਦੇ ਰੂਲ ਐਂਡ ਰੈਗੂਲੇਸ਼ਨ ਸੈੱਟ ਕਰ ਦਿੱਤੇ ਗਏ ਵੀ ਇਹਦੀ ਟਾਈਮ ਲਿਮਿਟ ਇੰਨੀ ਹੋਵੇਗੀ, ਇਹਦੇ 'ਚ ਇਹ ਸਟੈਪ ਹੋਣਗੇ, ਇਹਦੇ 'ਚ ਇਹ ਬੋਲੀਆਂ ਹੋਣਗੀਆਂ, ਇਹਦੇ 'ਚ ਇਹ ਇੰਸਟਰੂਮੈਂਟ ਨੇ ਜਿਹੜੇ ਨੇ ਉਹ ਇਹ ਵਾਲੇ ਇੰਸਟਰੂਮੈਂਟ ਪਲੇ ਹੋਣਗੇ। ਜਿੱਦਾਂ ਸਭ ਤੋਂ ਮੇਨ ਢੋਲ ਹੋ ਗਿਆ, ਢੋਲ ਦੇ ਨਾਲ ਤੂੰਬੀ ਹੋ ਗਈ, ਅਲਗੋਜ਼ੇ ਹੋ ਗਏ ਅਤੇ ਬੁਕਚੂ ਹੋ ਗਿਆ, ਇਹ ਚਾਰ ਇੱਕ ਚਮਟਾ ਹੋ ਗਿਆ, ਪੰਜ ਕੁ ਜਿਹੜੇ ਸਾਡੇ ਫੋਕ ਇੰਸਟਰੂਮੈਂਟ ਹੈਗੇ ਨੇ ਇਹ ਭੰਗੜੇ ਵਿੱਚ ਪਲੇ ਹੁੰਦੇ ਨੇਗੇ। ਅਤੇ ਨਾਲ ਨਾਲ ਅੱਠ ਬੰਦੇ ਦੀ ਟੀਮ ਦਾ ਸੈਗਮੈਂਟ ਬਣਾਤਾ ਵੀ 8 to 10 ਹੋ ਸਕਦੇ ਨੇਗੇ, ਅਤੇ ਟਾਈਮ ਕਰਤਾ ਵੀ 10 to 12 ਮਿੰਟ ਸੀ ਪਹਿਲਾਂ, ਹੁਣ ਘਟਾ ਕੇ ਇਹਨਾਂ ਨੇ 8 to 10 ਮਿੰਟ ਕਰਤਾ ਗਾ, ਅਤੇ ਸਿਰਫ 8 ਬੰਦੇ ਪਰਫੋਰਮ ਕਰ ਸਕਦੇ ਨੇ, ਅਤੇ ਨਾਲ 4 or 5 ਸਹਿਯੋਗੀ ਹੋ ਸਕਦੇ ਨੇ। ਸਹਿਯੋਗੀ ਮੀਨਸ ਜਿਹੜੇ ਸਾਜ਼ ਪਲੇ ਕਰਦੇ ਨੇ, ਇੰਸਟਰੂਮੈਂਟ ਪਲੇ ਕਰਦੇ ਨੇਗੇ, ਅਤੇ ਉਹਨਾਂ ਨੂੰ ਫਿਰ ਇੱਕ ਦੀ ਪੂਰੀ ਜਿਹੜਾ ਸੀ ਢਾਂਚਾ ਬਣ ਗਿਆ ਵੀ 8 ਬੰਦੇ ਪਰਫੋਰਮ ਕਰਨਗੇ, 4 ਨਾਲ ਸਹਿਯੋਗ ਦੇਣਗੇ, ਅਤੇ 8 to 10 ਮਿੰਟ ਦੀ ਪਰਫੋਰਮੈਂਸ ਹੋਵੇਗੀ, ਅਤੇ ਇਹਦੇ ਵਿੱਚ ਇੱਦਾਂ ਦਿੰਦੀਆਂ ਬੋਲੀਆਂ ਹੋਣਗੀਆਂ, ਕੋਈ ਗਲੈਮਰ ਨਹੀਂ ਹੋਏਗਾ ਅਤੇ ਕੋਈ ਡਬਲ ਮੀਨਿੰਗ ਬੋਲੀ ਨਹੀਂ ਹੋਏਗੀ, ਵੀ ਜਿਹਦੇ ਤਾਂ ਕਿ ਜਿਹੜੇ ਤੁਹਾਡੇ ਸਾਡੀਆਂ ਫੈਮਿਲੀਜ਼ ਹੈਗੀਆਂ ਕਿਸੇ ਨੂੰ ਐਮਬੈਰਸਮੈਂਟ ਫੀਲ ਨਾ ਹੋਵੇ, ਹੈ ਵੀ ਤੁਹਾਡੇ ਜਿਹੜੀ ਫਸਲਾਂ ਦੀ ਗੱਲ ਹੋਵੇ, ਤੁਹਾਡੀਆਂ ਨਸਲਾਂ ਦੀ ਗੱਲ ਹੋਵੇ ਬੋਲੀਆਂ ਦੇ ਵਿੱਚ, ਹਾਂਜੀ, ਅਤੇ ਉਹ ਉੱਦਾਂ ਹੀ ਹੁਣ ਬੋਲੀਆਂ ਚੱਲੀਆਂ ਆ ਰਹੀਆਂ ਪਿਛਲੇ 50 ਸਾਲ। ਬਲਵਿੰਦਰ ਜੀ, ਤੁਸੀਂ ਤਾਂ ਇਹਦੀ ਪੂਰੀ ਡਿਟੇਲ ਦੱਸੀ, ਇੱਥੇ ਤਾਂ ਸਾਡੇ ਇਕੱਲਾ ਬੰਦਾ ਵੀ ਭੰਗੜਾ ਪਾ ਲੈਂਦਾ, ਮੂਡ ਹੋਏ ਤਾਂ ਅਸੀਂ ਬੋਰ ਹੋ ਕੇ। ਬਲਵਿੰਦਰ ਜੀ, ਇਹ ਪਹਿਲੀ ਵਾਰੀ ਪਤਾ ਚੱਲਿਆ, ਇਹਦਾ ਬੰਦਸ ਕੋਈ ਨਹੀਂ ਹੈਗੀ, ਜਦੋਂ ਆਪਾਂ ਆਪਣੇ ਵਿਆਹ ਸ਼ਾਦੀਆਂ ਹੁੰਦੀਆਂ ਨਾ, ਹਾਂਜੀ, ਤਾਂ ਜਦ ਲੋਹੜੀ ਹੁੰਦੀ ਆ ਆਪਾਂ ਇਕੱਲਾ ਹੀ ਭੰਗੜਾ ਪਾ ਲੈਂਦਾ ਬੰਦਾ, ਦੋ ਵੀ ਪਾ ਲੈਂਦੇ, 10 ਪਾ ਲੈਂਦੇ, ਪਰ ਜਦੋਂ ਸਾਡੇ ਕੀ ਹੋਇਆ 1947 ਤੋਂ ਬਾਅਦ ਸਕੂਲਾਂ ਕਾਲਜਾਂ ਯੂਨੀਵਰਸਿਟੀਆਂ ਨੇ ਇਸ ਨੂੰ ਸਾਂਭਣ ਲਈ ਬਹੁਤ ਵੱਡੇ ਕੰਮ ਕੀਤੇ ਨੇਗੇ, ਉੱਥੇ ਸਾਡੇ ਇਹਦੇ ਇੱਕ ਫੈਸਟੀਵਲ ਹੁੰਦਾ ਗਾ, ਤਾਂ ਉਹਦੇ ਕਰਕੇ ਜਿਹੜੇ ਤੁਹਾਡੇ ਕਾਲਜ ਦੇ ਵਿੱਚੋਂ ਯੂਨੀਵਰਸਿਟੀ ਦੇ ਵਿੱਚ ਬਿਹਤਰੀਨ ਡਾਂਸਰ ਹੁੰਦੇ ਨੇਗੇ ਨਾ 8, ਉਹ ਟੀਮ ਦੇ ਵਿੱਚ ਸਿਲੈਕਟ ਹੁੰਦੇ ਨੇ, ਅਤੇ ਫਿਰ ਉਹਨਾਂ ਦਾ ਇੱਕ ਜੋਨ ਲੈਵਲ 'ਤੇ ਪਹਿਲਾਂ ਕੰਪਟੀਸ਼ਨ ਹੁੰਦਾ, ਫਿਰ ਉਸ ਤੋਂ ਬਾਅਦ ਇੰਟਰ ਜੋਨ ਹੁੰਦਾ, ਫਿਰ ਇੰਟਰਵਰਸਿਟੀ ਹੁੰਦਾ। ਬਲਵਿੰਦਰ ਸਾਹਿਬ, ਹੁਣ ਸਾਨੂੰ ਪਾਕਿਸਤਾਨ ਦਾ ਦੱਸੋ, ਤੁਸੀਂ ਪਾਕਿਸਤਾਨ ਆਏ ਹੋ, ਕਿਹੜੀ ਤੁਹਾਨੂੰ ਚੀਜ਼ ਜ਼ਿਆਦਾ ਅੱਛੀ ਲੱਗੀ ਹੈ, ਕਿਹੜੀ ਚੀਜ਼ ਵਧੀਆ ਲੱਗੀ ਹੈ, ਰੋਟੀ ਕੈਸੀ ਲੱਗੀ ਪਾਕਿਸਤਾਨ ਦੇ ਖਾਣਾ? ਪਾਕਿਸਤਾਨ ਮੈਂ ਪਹਿਲੀ ਵਾਰ ਆਇਆ ਜੀ, ਅਤੇ ਮੈਨੂੰ ਬਹੁਤ ਚੰਗਾ ਲੱਗਿਆ ਪਰਸਨਲੀ ਆ ਕੇ ਇੱਥੇ, ਅਤੇ ਲੋਕ ਬਹੁਤ ਮੁਹੱਬਤੀ ਨੇਗੇ ਅਤੇ ਬਹੁਤ ਪਿਆਰ ਕਰਦੇ, ਚੜ੍ਹਦੇ ਪੰਜਾਬ ਹਾਰਦੇ ਨੇ ਜੀ, ਲੋਕ ਜਿਹੜੇ ਨੇ ਚੜ੍ਹਦੇ ਪੰਜਾਬ ਹਾਰਦੇ ਨੇ ਇੱਥੇ ਵੀ।
हाँ है उदा पर मुहब्बत ज्यादा गई हाँ मैं ये फील हो परसनली फूड बहुत लाहौर कैसा लगे लाहौर कैसा महसूस कर रहे लाहौर ना असि जो क्योंकि असं आम 80 बोर्न है जो असं स्कूल पढ़ाया जाता महाराजा रणजीत सिंह के बारे जो पढ़ाते ना भी महाराजा रणजीत सिंह का राज इतों लैके कबल कंधार तक तो थोड़े एक माइंड ना तस्वीर बन जाती है यार कि राज होगा कि लोग होंगे कि किले हो जो असं लाहौर किला जाके देखा कि महाराज साहब बहते हैं कि बैठ के अदालत लाते है ना कि बैठ के लोगों मिलते सके तो हम चीजा काफ़ी क्लीयर हुई ने लगे भी महाराज रणजीत सिंह का कि राज है ना किन्ने उस टाइम भी जो सिख पापूलेशन से 12% सी महाराज रणजीत सिंह के राज सारे लोग खुश थे चाहे मुसलमान हो चाहे हिंदू हो सिख हो सब तो बड़ी गल जी महाराज रणजीत सिंह ने की उन्हें सारे जिन्हें भी तेजे रिलीजियस प्लेस है चाहे गुरुद्वारा हो चाहे मस्जिद हो चाहे मंदिर हो सारे खुला पैसा दिता उस टाइम दस्जिदा बनिया हुई उस टाइम के गुरुद्वारे बने हुए उस टाइम मंदिर वाले हले भी खड़े ने।